ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਆਪਣੇ ਮੇਰਾ ਨਾਮ ਕੁਲਵਿੰਦਰ ਸਿੰਘ। ਅੱਜ ਕਿਹੜੀ ਚੀਜ਼ ਨੂੰ ਲੈ ਕੇ ਤੁਸੀਂ ਜਿਹੜਾ ਕਿ ਇਹ ਵਿਰੋਧ ਕਰ ਰਹੇ? ਵੇਖੋ ਜੀ, ਅਸੀਂ ਮੈਂ ਕਿਸਾਨ ਸੰਘਰਸ਼ ਕਮੇਟੀ ਦਾ ਆਗੂ ਹਾਂ ਅਤੇ ਅੱਜ ਗਿੱਲ ਸਾਹਿਬ ਨੇ ਸਾਡੇ ਪਿੰਡ ਆਉਣਾ ਸੀ, ਇਸ ਕਰਕੇ ਜੋ ਵੀ ਸਾਡੇ ਕਿਸਾਨੀ ਮਸਲੇ ਉਹ ਰੱਖਣ ਵਾਸਤੇ ਅਸੀਂ ਗਏ। ਅਤੇ ਜਦੋਂ ਅਸੀਂ ਉੱਥੇ ਜਾ ਕੇ ਗੱਲ ਕੀਤੀ ਆ ਅਤੇ ਗਿੱਲ ਦੇ ਇਸ਼ਾਰੇ 'ਤੇ ਉਹ ਜਿਹੜੇ ਸਾਡੇ ਮਤਲਬ ਪਿੰਡ ਵਾਲੇ ਸੀ ਜਿਨ੍ਹਾਂ ਨੂੰ ਸੱਦਿਆ, ਉਹਨਾਂ ਸਾਡੇ 'ਤੇ ਹਮਲਾ ਕੀਤਾ। ਕੀ ਨਾਂ ਜੀ, ਕਿਹੜੇ ਕਿਹੜੇ ਬੰਦੇ? ਉਹ ਜੀ ਨਾਂ ਉਹਨਾਂ ਦਾ ਵਾ ਪ੍ਰਗਟ ਸਿੰਘ, ਗੁਰਮੇਜ ਸਿੰਘ, ਦਾਰ ਸਿੰਘ ਤੇ ਹਰਦੇਵ ਸਿੰਘ। ਤੁਹਾਡੇ ਕਿੰਨੇ ਸੱਟ ਆ ਜਿਹੜੀ ਤੁਹਾਡੇ ਲੱਗੀ? ਸਾਥੀ ਮੇਰੇ ਸਿਰ 'ਚ ਵਾਵਾ ਕਾਫੀ ਵਖਾਏ ਹੋ ਮੜਾ ਜੀ ਸੱਟ ਆਵੇ ਜਿਹੜੀਆਂ ਸੱਟਾਂ ਸਾਡੇ ਲੱਗੀ। ਮਤਲਬ ਬਹੁਤ ਸਾਡੇ ਨਾਲ ਨੰਬਰ ਜੋ ਹੈ ਜੀ ਇਹ ਸ਼ਾਸ਼ ਤਹਿਤ ਹੋਇਆ। ਮਤਲਬ ਤੁਸੀਂ ਸਿਰਫ ਕਿਸਾਨੀ ਮੰਗਾਂ ਨੂੰ ਲੈ ਕੇ? ਅਸੀਂ ਕਿਸਾਨੀ ਮੰਗਾਂ ਜੋ ਵੀ ਸੀ, ਕਿਉਂਕਿ ਅਸੀਂ ਹੁਣ ਸਾਂਝੇ ਥਾਂ ਉੱਥੇ ਆਇਆ। ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਹੁੰਦੇ? ਵੇਖੋ ਇਨਸਾਫ ਸਾਡਾ ਇਹ ਜੀ, ਜਿਹੜੇ ਬੰਦੇ ਨੇ ਹਮਲਾ ਕੀਤਾ ਤੁਰੰਤ ਉਹਨਾਂ ਦੇ ਤੁਰੰਤ ਮਤਲਬ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਜੋ ਸਾਡੇ ਸੱਟਾਂ ਲੱਗੀਆਂ ਉਹ ਮਤਲਬ ਪਰਚਾ ਦਰਜ ਹੋਣਾ ਚਾਹੀਦਾ। ਐਡ ਮੇਰਾ ਨਾਂ ਗੁਰਪ੍ਰੀਤ ਸਿੰਘ ਗੋਪੀ,
ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਜੀ ਪਿੰਡ ਦਦੇਲ ਸਾਹਿਬ। ਕਿਹੜੀ ਹੱਕ ਮੰਗਾਂ ਨੂੰ ਲੈ ਕੇ ਤੁਸੀਂ ਜਿਹੜਾ ਅੱਜ ਵਿਰੋਧ ਕਰ ਰਹੇ ਸੀ ਅਮਰਿੰਦਰ ਸਿੰਘ ਗਿੱਲ ਦਾ? ਅਸੀਂ ਜੀ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਕੈਪਟਨ ਸਰਕਾਰ ਨੇ ਚੋਣ ਵਾਅਦੇ ਕੀਤੇ ਉਹਨਾਂ ਸਾਰੇ ਚੋਣ ਵਾਅਦਿਆਂ ਨੂੰ ਲੈ ਕੇ ਜੋ ਭ੍ਰਿਸ਼ਟਾਚਾਰ ਸਾਰਾ ਹੀ ਫੈਲਿਆ ਹੋਇਆ ਵਾ ਉਹ ਜਿਉਂ ਦੀ ਤਿਉਂ ਹੀ ਆ। ਨਸ਼ੇ ਦੀ ਗੱਲ ਕਰ ਲਈਏ ਉਹ ਵੀ ਉੱਦਾਂ ਹੀ ਆ, ਕਹਿੰਦੇ ਅਸੀਂ ਚੋਂ ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਵਾ ਲੱਕ ਤੋੜ ਦੇਵਾਂਗੇ, ਪਰ ਨਸ਼ਾ ਮਹਿੰਗਾ ਠੀਕ ਹੋ ਗਿਆ ਵਾ ਮਿਲਦਾ ਜ਼ਿਆਦਾ ਵਾ। ਭਾਵੇਂ ਪੱਟੀ ਹਰਵਿੰਦਰ ਸਿੰਘ ਦੇ ਗਿੱਲ ਦੇ ਹੁੰਦਿਆਂ ਹੁੰਦਿਆਂ ਹੀ ਖੰਡ ਜਿਹੜੀ ਆ ਉਹ ਲੇਟ ਮਿਲੂਗੀ। ਨਸ਼ਾ ਪੱਟੀ ਕਿਹੜੀਆਂ ਮੰਗਾਂ ਅੱਜ ਕੀ ਕਾਰਨ ਬਣਿਆ ਜਿਹੜਾ ਨਸ਼ਾ ਪੱਟੀ ਦੇ ਵਿੱਚੋਂ ਪਹਿਲਾਂ ਮਿਲ ਜੂਗਾ? ਅੱਜ ਵੇਖੋ ਜੀ, ਅਸੀਂ ਕਿਸਾਨੀ ਮੰਗਾਂ ਲੈ ਕੇ ਆਪਣੀਆਂ ਕਿਸਾਨ ਸੰਘਰਸ਼ ਕਮੇਟੀ ਸਾਰੇ ਹੀ ਮੈਂਬਰ ਪ੍ਰਧਾਨ ਜੋ ਹੋਰ ਪਿੰਡ ਦੇ ਆਗੂ ਉੱਥੇ ਜਦੋਂ ਗਏ ਅਸੀਂ ਕਿਹੜੇ ਪਿੰਡ ਸਾਂਝੇ ਥਾਂ ਦਦੇਲ ਸਾਹਿਬ, ਸਾਂਝੇ ਥਾਂ ਹਰਵਿੰਦਰ ਸਿੰਘ ਗਿੱਲ ਜਿਹੜਾ ਵਾ ਉਹ ਉੱਥੇ ਪਹੁੰਚ ਚੁੱਕਾ ਸੀ। ਗੱਲਬਾਤ ਚੱਲਦੀ ਪਈ ਸੀ, ਅਸੀਂ ਜਾ ਕੇ ਹਰਵਿੰਦਰ ਗਿੱਲ ਨੂੰ ਮਿਲੇ ਅਤੇ ਸਾਨੂੰ ਵੀ ਟਾਈਮ ਚਾਹੀਦਾ ਵਾ ਕਿਸਾਨੀ ਮੁੱਦਿਆਂ ਦੀਆਂ ਗੱਲਾਂ ਕਰਨੀਆਂ ਵਾ। ਸਾਨੂੰ ਟਾਈਮ ਮਿਲਿਆ, ਪਰ ਇੱਕ ਬੰਨੇ ਟਾਈਮ ਜਿਹੜਾ ਵਾ ਉਹ ਦਵਾ ਕੇ ਦੂਜੇ ਬੰਨੇ ਗਿੱਲ ਸਾਹਿਬ ਨੇ ਆਪ ਇਸ਼ਾਰਾ ਕਰਕੇ ਉਹਦੇ ਵਿਰੋਧੀ ਸੀ ਉਹਨਾਂ ਨੇ ਸਾਡੇ ਸਾਰੇ ਹੀ ਸਾਡੇ ਗੱਲ ਪੈ ਗਏ। ਉੱਥੇ ਕੁੱਟਮਾਰ ਹੋਈ, ਜੋ ਵੀ ਸਾਰਾ ਉਹ ਹੋਇਆ ਵਾ ਹਰਵਿੰਦਰ ਸਿੰਘ ਦੇ ਇਸ਼ਾਰੇ ਦੇ ਨਾਲ ਹੋਇਆ ਵਾ। ਕੀ ਮੰਗ ਕਰਦੇ ਇਹਦੇ? ਮੰਗ ਅਸੀਂ ਇਹ ਕਰਦੇ ਹਾਂ ਵੀ ਜਿੰਨੇ ਵੀ ਆ ਜਿੰਨੇ ਪੰਚਾਇਤ ਮੈਂਬਰ ਆ ਸਾਰੇ ਸਾਡੇ ਗੱਲ ਪਏ ਆ। ਜੋ ਪੰਚਾਇਤ ਮੈਂਬਰ ਜਿਹੜੇ ਬਣਾਏ ਆ ਪਿੰਡ ਦੇ ਉਹ ਗਲਤ ਬੰਦੇ ਬਣਾਏ ਆ, ਬਿਲਕੁਲ ਨਸ਼ਾ ਵੀ ਵੇਚਦੇ ਹੋ, ਨਸ਼ੇ ਦੇ ਸਿਕਾਦਰ ਆ ਉਹ। ਇਸ ਕਰਕੇ ਉਹਨਾਂ ਨੂੰ ਤੁਰੰਤ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਵੇ। ਜਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਨਾ ਕਰਨਗੇ ਉਨਾ ਚਿਰ ਅਸੀਂ ਜਿੱਥੇ ਵੀ ਘਰਾਓ ਕਰਾਂਗੇ ਉਹ ਵੱਡੇ ਤੋਂ ਵੱਡਾ ਸੰਘਰਸ਼ ਕਰਾਂਗੇ। ਇਹੋ ਸਾਡੀ ਮੰਗ ਆ। ਮਨਜੀਤ ਸਿੰਘ, ਕੀ ਗੱਲ ਹੋਈ ਹੈ ਜਿਹੜੀ ਸਾਰੀ ਹੁਣ? ਗੱਲ ਸਾਰੀ ਕਿਸਾਨਾਂ ਦੀ ਮੰਗਾਂ ਦੀ ਕੀਤੀ ਅਸੀਂ ਜੀ। ਮਤਲਬ ਅਸੀਂ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਹਾਂ। ਕਿਹੜੇ ਗਰੁੱਪ ਦੇ? ਸਤਨਾਮ ਦੇ, ਸਤਨਾਮ ਪੰਨੂ ਦੇ। ਕੀ ਕੀ ਗੱਲ, ਕੀ ਹੋਈ, ਕਾਹਤੋਂ ਲੜਾਈ ਹੋਈ ਹੈ? ਲੜਾਈ ਉਹਨੂੰ ਪਹਿਲਾਂ ਜਾ ਕੇ ਗਿੱਲ ਸਾਹਿਬ ਨਾਲ ਰਿਕੁਐਸਟ ਕੀਤੀ ਵੀ ਅਸੀਂ ਸਾਨੂੰ ਟਾਈਮ ਚਾਹੀਦਾ। ਉਹਨੇ ਠੀਕ ਹੈ ਤੁਹਾਨੂੰ ਟਾਈਮ ਪਹਿਲਾਂ ਦੇ ਦਿੰਦੇ ਹਾਂ। ਅਜੇ ਕੁਲਵਿੰਦਰ ਸਿੰਘ ਦੋ ਸ਼ਬਦ ਹੀ ਬੋਲੇ ਆ ਬਸ, ਅਤੇ ਉਸੇ ਵੇਲੇ ਤੂੰ ਤੂੰ ਮੈਂ ਕਰਨ ਡਿਆ ਪਿਆ। ਅਸੀਂ ਇਹਨੂੰ ਟਾਈਮ ਨਹੀਂ ਦੇਣਾ, ਅਸੀਂ ਜੱਟਾਂ ਨੂੰ ਠੱਠੀ ਨਹੀਂ ਵੰਡ ਦੇਣਾ, ਐਂ ਕਰਨਾ ਜਿਉਂ ਕਰਨਾ। ਇਹ ਉਹਨੇ ਦੋਵਾਂ ਦੇ ਗੁਰਪ੍ਰੀਤ ਦੇ ਅਤੇ ਕੁਲਵਿੰਦਰ ਦੇ ਕੁਰਸੀਆਂ ਮਾਰਨ ਡਿਆ ਪਿਆ ਗੇ, ਅਤੇ ਜੋ ਵੀ ਹੋਇਆ ਇਹਨਾਂ ਤੋਂ ਵੱਧ ਇਹਨਾਂ ਮਤਲਬ ਸੱਟਾਂ ਲਾਈਆਂ ਵਾ। ਅਸੀਂ ਭੱਜ ਕੇ ਉੱਥੇ ਨਿਕਲੇ ਹਾਂਗੇ, ਬਸ ਕੋਈ ਸ਼ਬਦ ਕਿਸੇ ਦੇ ਵਿਰੋਧ ਨਹੀਂ ਕੀਤਾ ਅਸੀਂ। ਕੀ ਮੰਗ ਕਰਦੇ ਜੀ ਹੁਣ? ਅਸੀਂ ਇਨਸਾਫ਼ ਦੀ ਮੰਗ ਕਰਦੇ, ਜਿੰਨ ਤੱਕ ਸਾਨੂੰ ਇਨਸਾਫ਼ ਨਾ ਮਿਲਿਆ ਅਸੀਂ ਸੰਘਰਸ਼ ਪੂਰਾ ਤੇਜ਼ ਕਰਾਂਗੇ। ਇਸ ਤੋਂ ਅੱਗੇ ਕੀ ਸੰਘਰਸ਼ ਹੋਏਗਾ ਜੇ ਕੱਲ੍ਹ ਤੱਕ ਜੇ ਕੋਈ ਗੱਲ ਨਹੀਂ ਹੁੰਦੀ ਤਾਂ? ਅਸੀਂ ਅਸੀਂ ਸੜਕਾਂ ਰੋਕਾਂਗੇ, ਜੋ ਵੀ ਸਾਥੋਂ ਹੋਇਆ ਕਰਾਂਗੇ, ਅਸੀਂ ਜਿੱਥੇ ਵੀ ਗਿੱਲ ਜਾਊਗਾ ਉਹਦਾ ਵਿਰੋਧ ਕਰਾਂਗੇ। ਭਾਈ ਤੁਹਾਡਾ? ਮੇਰਾ ਨਾਮ ਪ੍ਰਗਟ ਸਿੰਘ, ਦਦੇਲ ਸਾਹਿਬ ਮੇਰਾ ਪਿੰਡ ਆ ਜੀ। ਕੀ ਮਸਲਾ ਬਣਿਆ ਜਿਹੜੇ ਅੱਜ ਇੱਥੇ ਝਗੜਾ ਹੋ ਗਿਆ ਜੀ? ਮਸਲਾ ਜੀ, ਸਾਡੇ ਨਗਰ ਦੇ ਵਿੱਚ ਗਿੱਲ ਸਾਹਿਬ ਆਇਆ ਚੜ੍ਹਦੀ ਛੱਠੀ ਦੇ ਵਿੱਚ। ਇਹਨੇ ਕੁਲਵਿੰਦਰ ਸਿੰਘ ਪ੍ਰਧਾਨ ਨੇ ਹਰਵਿੰਦਰ ਸਿੰਘ ਗਿੱਲ ਦੇ ਨਾਲ ਗੱਲ ਕੀਤੀ ਹੈ ਕਿ ਅਸੀਂ ਵੀ ਨਿੱਜੀ ਜਿਹੜੀਆਂ ਮੰਗਾਂ ਵਾਂ ਜਾਂ ਅਸੀਂ ਸਟੇਜ 'ਤੇ ਬੋਲਣਾ ਵਾ। ਉਹਨੇ ਆਖਿਆ ਵੀ ਇਹਨੂੰ ਟਾਈਮ ਦੇ ਦਿਓ। ਇੱਕ ਬੰਨੇ ਉਹਨੂੰ ਆਖਤਾ ਵੀ ਟਾਈਮ ਦੇ ਦਿਓ, ਦੂਸਰੇ ਬੰਨੇ ਜਦੋਂ ਇਹਨੇ ਮੈਕ ਫੜ ਕੇ ਅਤੇ ਇਹਨੇ ਆਪਣੀਆਂ ਮੰਗਾਂ ਜਿਹੜੀਆਂ ਵਾ ਆਪਣੇ ਪੇਪਰ ਵਰਕੇ ਦੇ ਉੱਤੇ ਲਿਖੀਆਂ ਸੀਗੀਆਂ, ਇਹ ਬੋਲਣ ਲੱਗਾ ਵਾ। ਉੱਧਰੋਂ ਉਹਨੇ ਇਸ਼ਾਰਾ ਕਰਤਾ ਵਾ ਗੁੰਡਿਆਂ ਨੂੰ, ਜਿਹੜੇ ਉਹਨਾਂ ਮੁਫ਼ਤ ਜਿਹੜੇ ਪੰਚਾਇਤ ਮੈਂਬਰ ਬਣਾਏ ਆ, ਸਰਪੰਚ ਬਣਾਏ ਆ ਮੁਫ਼ਤ ਆਪਦੇ ਧੱਕੇ ਦੇ ਜ਼ੋਰ ਨਾਲ। ਉਹਨਾਂ ਨੇ ਉੱਠ ਕੇ ਅਤੇ ਕੁਲਵਿੰਦਰ ਦੇ ਗਲ ਪੈ ਗਿਆ, ਹੀਰ ਨਹੀਂ ਅੰਬ ਨਹੀਂ, ਉਹਨੂੰ ਸੱਟਾਂ ਲਾਤੀਆਂ ਵਾ। ਸਾਰਾ ਜਿਹੜਾ ਕਿ ਨਹੀਂ ਉਹ ਜਿਹੜਾ ਉਹ ਸਾਰਾ ਮੁਲਕ ਹੀ ਜਿਹੜਾ ਉਹ ਉੱਥੋਂ ਭੜਕ ਉੱਠਿਆ ਵਾ ਅਤੇ ਇਹਨੂੰ ਸੱਟਾਂ ਲਾਈਆਂ ਵਾ, ਸਿਰ ਦੇ ਵਿੱਚ ਬਹੁਤ ਸੱਟ ਜ਼ਿਆਦੀ ਆ, ਹੋਰ ਵੀ ਖੁਰਸੀਆਂ ਖਰਸੀਆਂ ਤਾਂ ਡੰਡੇ ਡੁੰਡੇ ਵੀ ਆ, ਹੋਰ ਜਿੰਨੀਆਂ ਵਾ ਜਿੰਨਾ ਵੀ ਕਿਸੇ ਤੋਂ ਹੋ ਚੁੱਕਿਆ ਅਤੇ ਤਕੜੇ ਹੋ ਕੇ ਉੱਥੋਂ ਨਿਕਲੇ ਹਾਂ ਜੀ। ਅਤੇ ਬਹੁਤ ਜ਼ਿਆਦਾ ਹਾਂਜੀ, ਕੀ ਮੰਗ ਕਰਦੇ ਜੀ? ਅਸੀਂ ਇਹੋ ਮੰਗ ਕਰਦੇ ਹਾਂ ਵੀ ਅਸੀਂ ਸਾਡਾ ਕਿਸੇ ਨਾਲ ਵੈਰ ਨਹੀਂ, ਕਿਸੇ ਪਾਰਟੀ ਦੇ ਨਹੀਂ, ਅਸੀਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਾਂ ਅਤੇ ਸਾਡਾ ਜਿਹੜਾ ਹੈ ਇਹ ਸਾਡੇ ਨਾਲ ਗਲ ਪਏ ਆ, ਜਾਂ ਇਹ ਗੁੰਡਿਆਂ ਨੂੰ ਗਲ ਪਵਾਇਆ ਗਿਆ, ਇਹ ਕਿਉਂ ਗਲ ਪਵਾਇਆ ਗਿਆ ਵਾ,
ਅਸੀਂ ਕਿਸੇ ਦੇ ਖਿਲਾਫ ਨਹੀਂ, ਨਾ ਅਸੀਂ ਕਿਸੇ ਦੇ ਗਲਤ ਪ੍ਰਚਾਰ ਕਰਨਾ ਵੀ ਜਾਂ ਫਲਾਣੇ ਵੋਟਾਂ ਪਾਓ ਜਾਂ ਢੀਂਗੜੇ ਨੂੰ ਪਾਓ। ਅਸੀਂ ਸਿਰਫ ਗਿੱਲ ਸਾਹਿਬ ਨੂੰ ਮਿਲ ਕੇ ਅਤੇ ਇਹੋ ਹੀ ਉਹਨੂੰ ਸੁਝਾਅ ਦੇਣੇ ਵੀ ਜਿਹੜੀਆਂ ਤੁਸੀਂ ਮੰਗਾਂ ਸੀ ਉਹ ਮੰਗਾਂ ਸਾਨੂੰ ਪਬਲਿਕ ਨੂੰ ਦੇਣੀਆਂ ਚਾਹੀਦੀਆਂ ਵਾ। ਜਿਹੜੀਆਂ ਤੁਸੀਂ ਜਿਹੜੀਆਂ ਮੰਗਾਂ ਸੀ ਉਹ ਮੰਗਾਂ ਕੁਲਵਿੰਦਰ ਸਿੰਘ ਲਾਅ ਸਬਮਿਟ ਕਰਨ ਲੱਗਾ ਵਾ ਅਤੇ ਉਹਨੇ ਉਸ ਬੰਨੇ ਇਸ਼ਾਰ ਕਰਤਾ ਅਤੇ ਉਹ ਗੁੰਡੇ ਜਿਹੜੇ ਗੱਲ ਪੈ ਗਈ। ਹਾਂਜੀ।